ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲਈ ਜੀ, ਸੰਗੀ ਦੋਸਤ ਤੱਕਣੇ ਲਈ ਜੀ, ਬਜ਼ੁਰਗ ਤੱਕਣੇ ਲਈ ਜੀ, ਬੱਚੇ ਤੱਕਣੇ ਲਈ ਜੀ, ਔਰ ਜਿਸ ਕੰਟਰੀ 'ਚੋਂ ਤੱਕਣੇ ਲਈ ਜੀ, ਦੇਸੀ ਚੈਨਲ ਬ੍ਰੈਡ ਫੋਰ ਐਨ ਤਰਫੋਂ ਤੁਸੀਂ ਬਹੁਤ ਬਹੁਤ ਸਲਾਮ ਅਲੈਕਮ। ਇੱਕ ਪਿਆਰ ਨਾ, ਇੱਕ ਮੁਹੱਬਤ ਨਾ, ਔਰ ਇੱਕ ਸਪੋਰਟ ਨਾ। ਮਕਬੂਜ਼ਾ ਕਸ਼ਮੀਰ ਸੋ ਕਿੰਨੀ, ਜੰਮੂ ਕਸ਼ਮੀਰ ਸੋ ਕਿੰਨੀ, ਪਾਕਿਸਤਾਨ ਸੋ ਕਿੰਨੀ, ਪਠਾਨ ਸਾਡੇ ਭੈਣਾਂ ਭਰਾ, UK, ਆਲ ਵਰਲਡ, ਜਿਸ ਕੰਟਰੀ ਸਾਡੇ ਭੈਣਾਂ ਭਰਾ ਤੱਕਣੇ ਔਰ ਸਪੋਰਟ ਕਰਨੇ, ਸਾਡੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਜਿਤਨੀ ਮਾਰੀ ਪਿਆਰੀਆਂ ਭੈਣਾਂ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੇ ਬੱਚੀਆਂ ਹੈ, ਸਾਰੇ ਕੀ ਮਾਰੀ ਤਰਫੋਂ, ਮਾਰੀ ਪੂਰੀ ਫੈਮਿਲੀ ਤਰਫੋਂ, ਸਾਰੇ ਦੇਸੀ ਚੈਨਲ ਬ੍ਰਦਰਫਰ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨੇ। ਇਤਨਾ ਪਿਆਰ ਨਾਲ, ਇਤਨਾ ਸਪੋਰਟ ਨਾਲ ਸਾਡੇ ਦੇਸੀ ਚੈਨਲ ਬ੍ਰਦਰਫਰ ਕੀ ਸਬਸਕ੍ਰਾਈਬ ਕਰਨੇ ਨਾਲ, ਲਾਈਕ ਕਰਨੇ, ਸ਼ੇਅਰ ਕਰਨਾ ਔਰ ਇਤਨੇ ਇਤਨੇ ਪਿਆਰੇ ਕਮੈਂਟ ਕਰਨੇ ਨਾਲ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅੱਲਾਹ ਪਾਕ ਸਾਰੇ ਖੁਸ਼ ਰੱਖੇ, ਅੱਲਾਹ ਪਾਕ ਸਾਰੇ ਕੀ ਆਬਾਦ ਰੱਖੇ ਔਰ ਜਿਤਨੇ ਸਾਰੇ ਬੱਚੀਆਂ ਬੱਚੇ, ਅੱਲਾਹ ਪਾਕ ਉਹਨਾਂ ਬਹੁਤ ਸਾਰੀ ਕਮਯਾਬੀਆਂ ਦਾ। ਆਮੀਨ। ਬਿਲਕੁਲ ਜੀ, ਬਿਲਕੁਲ। ਅੱਜ ਬ੍ਰੈਡ ਫੋਰ ਪੀ ਵੀ ਨੇ ਬਰਫ, ਯਕੀਨ ਕਰੋ, ਇਤਨੀ ਸਰਦੀ, ਇਤਨੀ ਸਰਦੀ ਤੇ ਬਾਰਿਸ਼ ਲਈ ਵੀ ਚੜ ਗਬਾਰ, ਬਿਲਕੁਲ ਆਖੀ ਨੂੰ ਕੋਈ 12ਵਾਂ ਮਹੀਨਾ ਆਇਆ ਜੀ। ਅੱਛਾ 12ਵੇਂ ਮਹੀਨੇ ਕਿਆ ਆਖਣੇ, ਦਸੰਬਰ ਪਤਾ ਲੱਗਣਾ, ਦਸੰਬਰ ਹੀ ਆ ਜੀ, ਬਿਲਕੁਲ ਯਕੀਨ। ਸਰਦੀ ਪੈ ਗਈ ਫਿਰ, ਬਿਲਕੁਲ ਜੀ। ਤਾਂ ਹੁਣ ਅਸਾਂ ਜਾਈ ਰਹੀ ਜੀ ਹੌਲੀ ਹੌਲੀ ਛਾਪਿਆ, ਪਰ ਅੱਜ ਹੋਈ ਗਈਆਂ ਜੀ ਲੇਟ, ਕਿਉਂ ਘਰਾਂ ਨੂੰ ਵੀ ਕੋਈ ਬਿਜ਼ੀ ਰਿਹਾ, ਕੋਈ ਕੰਮ ਸ਼ੰਮ ਕਰਨੇ ਰਿਹਾ, ਤਾਂ ਹੁਣ ਜੁਲੀ ਅੱਜ ਭੈਣਾਂ ਭਰਾਵਾਂ ਵਾਸਤੇ ਸੋਹਣੀ ਜੀ ਕੋਈ ਆਂਡੀ ਬਣਾ ਸਾਂ, ਤਾਂ ਫਿਰ ਖਾਸਾ ਆਪ ਅੰਦਰ ਬਣਾਣੀ ਪਈ ਸੀ ਚੁੱਲ੍ਹੇ ਸਜੇਵੇਂ, ਅੱਜ ਜੀ ਅੰਦਰ ਹੀ ਬਣਾਣੀ ਪਈ ਸੀ ਇਨਸ਼ਾਅੱਲਾ। ਅੱਜ ਕੁਥਾ ਜਾਸੋ? ਅੱਜ ਜਾਈਏ ਜੀ ਆਪਣੇ ਪਿਆਰੇ ਅੱਲਲਾ ਜੀ। ਓਹੋ, ਸਾਨੂੰ ਪੇਕਾ ਅਰਸਾ ਆਈ ਗਿਆ ਜਿਨਾ ਉਹਨਾਂ ਨਾਲ ਮਿਲਿਆ ਕੋ ਨਾ। ਹਾਂ ਚਲੋ ਅੱਲਲਾ ਅੱਲਲੇ ਨਾਲ ਉਹ ਤੇ ਜਾਸੋ, ਉਹਨਾਂ ਨੂੰ ਸਲਾਮ ਦੁਆ ਕਰ ਸਾ। ਸਲਾਮ ਦੁਆ ਕਰਨੀ ਜੇ ਭੈਣਾਂ ਭਰਾ ਨਾਲ ਬਹੁ ਅਰਸਾ ਹੀ ਗਿਆ ਅੱਲਲਾ ਅੱਲਲੇ ਮਿਲੇ ਹੀ ਹੋਣਾ ਅਸਾਂ। ਅੱਛਾ, ਹੋਰ ਕਿਆ, ਘਰ ਹੀ ਬਿਜ਼ੀ ਰਹੀ ਹੈ ਜਿਹੜਾ ਨੂੰ ਸਹੀ ਗੱਲ, ਆਪਣੇ ਮਕਾਉਣੇ ਸ਼ਕਾਉਣੇ ਨਾਲ ਹੀ ਹੈ ਜਿਹੜਾ ਨੂੰ ਵਕਤਾਂ 'ਚ ਪੇ ਰਹੇ ਨੇ, ਮਤਲਬ ਜਿਹਾ ਕੁਦਰਤ ਕਰਿਆ ਕਹਿ ਕਿਆ ਖਿਆਲ ਜੀ। ਹਾਂ ਸਹੀ ਗੱਲ। ਬੱਲੇ ਜੀ ਬੱਲੇ, ਜਦ ਬਹੁ ਬੜਾ ਕਿਉਂ ਲਾਵਾ ਲਾਲਾ ਦੇ ਪਾਸ ਹੈ, ਇਹ ਸਾਈਡ ਪੁੱਤ ਕੋ ਪੁੜਸੀ ਜੀ ਆ ਲੀਡ ਡਰਾਈਰੀਆ ਨਹੀਂ ਜਿਹੜਾ ਉੱਥੇ ਜੀ ਲਾਵਾ, ਸਕੂਲ ਵਾਲੇ ਬੱਚੇ ਅਸ਼ਨੇ ਨਾ, ਆ ਉਹ ਤਾਂ ਕੋ ਨਾ ਕਿਤਨਾ ਲਾਵਾ ਲੀਡ ਕਾਲਜ ਵੀ ਆ, ਇਹ ਤਾਂ ਘੰਟਾ ਲਾ ਸੀ ਅਸੀਂ ਪਹੁੰਚਨੇ ਹੁਣ। ਅੱਛਾ, ਬਹੁ ਲਾਵਾ। ਮੌਸਮ ਕਾਫੀ ਖਰਾਬ ਹੋਈ ਗਿਆ ਜੀ, ਜਿਹੜਿਆਂ ਨੂੰ ਆਸਾਂ ਆਈਆ ਜੀ ਅਲ ਅਲਾਲ ਵਿੱਚੋਂ, ਬਾਰਿਸ਼ ਬਹੁਤ ਜ਼ਿਆਦਾ ਲਈ ਵੀ। ਛੇ ਜੂਸ ਠੀਕ ਨੇ, ਕਿਤਨੇ ਨੇ 6% ਇਸ ਮਦਦ ਸੇ 6-7 ਪਾਉਣੋਂ ਨੇ ਲਏ। ਅਜਾ ਬਿਸਕੁਟ ਵੀ ਲਏ ਵੀ ਨੇ ਜੀ, 125 ਨੇ ਔਰ ਪਾਉਣ ਨੇ ਵੀ ਤਾਂ ਲਏ ਜੇ, ਬਿਸਕੁਟ ਵੀ ਕਾਫੀ ਸੇਲ ਜਿਹੜਾ ਇਹਨਾਂ ਨੂੰ ਲਾਏ ਵੇ। ਬਦਾਮ ਚਾਹੀਏ ਨਾ, 6 ਪਾਉਂਡਾਂ ਨਾ, 6 ਪਾਉਂਡਾਂ ਨਾ, 599 ਨਾ, 599 ਜੀ। ਓਇਲ ਲਾਵ ਨੇ ਜੀ 650 ਨਾ, 650 ਫੋਰ ਓਇਲ। ਅੱਛਾ ਕਿਤਨੇ ਲੈਵੇ? ਅੱਛਾ 27 ਪਾਉਂਡਾਂ ਨੇ ਚਾਵਲ ਹੈ ਜੀ, ਅਸਾਂ ਇਹੀ ਖਾਣੇ ਜੀ ਨਾਲ ਤੱਕਣੇ ਆ। ਦੁਬਾਰ ਆਟਾ ਕਿਤਨੇ ਲਾਵ? ਛੋਟਾ ਬੈਗ ਲਾਭ ਜੀ 969। ਚਲੋ ਜੀ, ਆਟਾ ਅਗਰ ਨਾ ਖਾਓ ਤਾਂ ਬਹੁਤ ਨਿੱਕਾ ਬੈਗ। ਅੱਛਾ ਮਿਰਚਾਂ ਆਈ ਗਈਆਂ, ਬੁਲਟ ਮਿਰਚਾਂ। ਅੱਛਾ ਜੀ, ਅਸਾਂ ਹੁਣ ਲੈਣੇ ਜੀ ਭਿੰਡੀਆਂ, ਠੀਕ ਹੈ ਨਾ ਜੀ, ਇੱਕ ਕਰੇਲਾ ਤੱਕੋ ਜੀ,
ਤੱਕਿਆ ਨੀ ਕਰੇਲਾ ਵਾਈਫ ਕੀ ਲਾਉਣਾ ਪਿਆ ਜੀ, ਪਤਾ ਨੀ ਕੁਦਰ ਕੁਰਾ ਚੱਲੀ ਗਈ, ਜਿਹੜਾ ਨਾ ਲੱਭਣੀ ਨੀ ਪਈ ਕਿਹੜੀ ਸਾਈਡ ਪਰੀ ਕਰਾ, ਹਮੇਸ਼ਾ ਹੀ ਛੱਪੀ ਜਾਣੀ ਜਿਹੜਾ ਨਾ ਕਰਿਆ ਕਿਆ ਬੰਦਾ ਤੱਕ ਮੈਂ ਤਾਂ ਕਿਹੜੀ ਕਿਹੜੀ ਜਾਈ ਨਹੀਂ ਦੌੜਿਆ, ਹੈਂ ਹਮੇਸ਼ਾ ਤੂੰ ਛੱਪੀ ਜਾਣੀ ਹੈ ਤਾਂ ਮੈਂ ਹਾਂ ਹੋਰੀ ਕੁਦ ਚੱਲੀ ਜਾਣੀ ਹੈ, ਹਾਂ ਲੋੜੀ ਲੋੜੀ ਮਰੀ ਜਾਣਾ, ਮਾੜਾ ਦਿਲ ਤੱਕ ਤੱਕ ਕਰ ਲਈ ਪੈਣਾ, ਇਤਨੀ ਦਿਲ ਨਹੀਂ ਧੜਕਣ ਤੇਜ਼ ਹੋਈ ਜਾਣੀ ਜਾਣੀ, ਹੈਂ ਛੱਪੀ ਜਾਣੀ ਹੈ ਤਾਂ ਫਿਰ ਜਲਦੀ ਜਾਨ ਛੋੜਿਆ ਕਰ ਮਾੜੀ। ਆਈ ਗਿਆ ਜੀ ਸਮਾਨ ਵਗੈਰਾ, ਚਲੋ ਫਿਰ ਵੀ ਅੱਜ ਥੋੜੇ ਲਗੇ, ਪਰ ਆਫ ਆਫ ਚੀਜ਼ਾਂ ਕਿੰਨੀਆਂ, ਆਫ ਆਫ ਕਿਲੋ ਲੱਗਣੇ, ਆਫ ਆਫ ਕਿਲੋ ਚੀਜ਼ਾਂ ਕਿੰਨੀਆਂ ਦੇਣਾ, ਪੈਸਾ ਕਿਸ ਤਰ੍ਹਾਂ ਲਗਾ, ਸਮਝ ਲਿਆ ਨਹੀਂ। ਮੌਸਮ ਕਾਫੀ ਖਰਾਬ ਹੋ ਗਿਆ ਜੀ, ਤੱਕੋ ਜਿਹੜਾ ਨਾ ਬਾਰਿਸ਼ ਦਾ ਮੌਸਮ ਹੋ ਗਿਆ, ਮੌਸਮ ਕਾਫੀ ਖਰਾਬ ਹੋ ਗਿਆ। ਚਲੋ ਜੀ ਇਹ ਰਸਤਾ ਜਾਣਾ ਲੀਡਸ, ਅਗਰ ਤੁਸੀਂ ਜਾਣੇ ਚਾਹੁੰਦੇ ਹੋ ਤਾਂ ਇਹ ਰਸਤਾ ਜਾਣਾ ਨੇ ਜੀ ਬ੍ਰੈਡ ਫੋਰ, ਇਹ ਤਾਂ ਕੁਝ ਸਮੇਂ ਸਾਹਮਣੇ ਆਲੜੀ ਚਾਹੀ ਗਏ ਜੀ ਅਸਾਂ, ਹੁਣ ਤਾਂ ਬਾਰਿਸ਼ ਵੀ ਕਾਫੀ ਬਾਰਿਸ਼ ਲਈ ਵੀ ਹੁਣ ਜਿਹੜਾ ਕਹਿ ਬਾਸਕਟ ਚਾਹੀਦੀ, ਟਰਾਲੀ ਚਾਹੁਣੀ ਤਾਂ ਜੋ ਕਿ ਚਾਹੁਣੀ ਤਾਂ ਚਾਹੀਦੀ, ਬਣਾਉਣਾ ਕਿ ਸੋ ਬਣਾਉਣਾ ਤੁਹਾਨੂੰ ਚੰਗਾ ਹੋਣਾ ਕਿਆ ਹੈ ਨਹੀਂ, ਇਹ ਬਣਾਉਣਾ ਨਿੱਕਾ ਕਿ ਨਹੀਂ ਆ, ਇੱਥੇ ਸਸਤਾ ਵੀ ਹੋਣਾ ਤਾਂ ਹੈ ਵੀ ਬਿਲਕੁਲ ਤਾਜ਼ਾ ਹੋਣਾ ਫਰੈਸ਼, ਜਿਹੜਾ ਮਰਜ਼ੀ ਚਾਹੀਦੀ ਨੂੰ, ਫਰੂਟ ਵਗੈਰਾ ਇੱਧਰ ਕਾਫੀ ਹੈ ਜੀ, ਦਵਾਉਣੇ ਵੀ ਤਾਂ ਸਸਤੇ, ਲੈ ਵੀ ਤਾਂ ਮਹਿੰਗੋ ਵੀ, ਅੱਛਾ ਇਹ ਕਿਹੜਾ ਮਹਿੰਗੋ ਹੋਣਾ, ਇਹ ਜਿਹੜਾ ਆ ਆਪਣੀ ਮਰਜ਼ੀ ਕਿੰਨੀਆਂ ਖਾਣੇ, ਪਾਕਿਸਤਾਨੀ ਨਿੰਬੂ ਜੀ ਹੈ ਤੱਕੋ, ਪਾਕਿਸਤਾਨੀ ਨਿੰਬੂ, ਔਰ ਇਹ ਤਾਂ ਬਿਲਕੁਲ ਖੱਖੜੀਆਂ ਪਾਕਿਸਤਾਨੀ ਹੈ ਨਾ, ਇਹ ਜਿਹੜੀ ਹੈ ਇਹ ਬੜੀਆਂ ਖੁਸ਼ਬੋ ਹੀ ਵਾਲੀਆਂ ਨਹੀਂ ਸੀਗੀਆਂ, ਤਈਆਂ ਪੱਕੀਆਂ ਹੁੰਦੀਆਂ ਬਸ, ਸਹੀ ਖੁਸ਼ਬੋ ਹੀ ਇਹਨਾਂ ਨੇ, ਇਹਨਾਂ ਨੇ ਕਿੰਨੀ ਚਲੋ ਜੀ। ਅੱਛਾ ਅੱਛਾ ਵੀ ਜਿਸਨੇ ਲਿਖਿਆ ਹੋਣਾ ਜੀ, ਵੈਜੀਟੇਰੀਅਨ ਹੈ, ਠੀਕ ਹੈ। ਅੱਛਾ ਇੱਥੇ ਜੀ ਇਹ ਚੀਜ਼ ਜਿਹੜੀ ਲੱਗੀ ਵੀ 299 ਹੈ, 299 ਹੈ, ਇਹ ਤਾਂ ਠੀਕ ਹੈ ਨਾ, ਅੱਛਾ ਮਜ਼ਰੇਲਾ ਹੀ ਹੈ, ਦੂਈ ਹੈ, ਦੂਸਰੀ ਹੈ, ਓਕੇ ਹਲਾ ਸੇਰੀ ਮਜ਼ਰੇਲਾ ਵੀ ਹੈ, ਠੀਕ ਹੈ। ਤਾਂ ਵੈਸੇ ਪਾਸਤੇ ਚ ਬਈ ਨਾ ਕਿਹੜੀ ਜਿਹੜੀ ਮਰਜ਼ੀ ਜਿੱਤ ਤੁਸੀਂ ਪਸੰਦ ਹੈ, ਵੈਸੇ ਮੈਂ ਇਹ ਬਣੀਆਂ ਇਤਨੇ ਇਸ ਨੇ, ਅੱਛਾ 83 ਪੈਂਸ ਨਹੀਂ, 15 6 ਸਲਾਈਸਿਸ ਜੀ, ਇਸ ਨੇ 15 ਨਹੀਂ 15, ਕਿੰਨੀ ਸਸਤੀ ਹੈ ਇਹ, ਕਿਤਨੀਆਂ ਨਹੀਂ ਇਹ 83p ਨਹੀਂ, ਵਾਹ ਜੀ ਵਾਹ, ਚੀਜ਼ ਹੈ ਤਾਂ ਚੀਜ਼ ਤਾਂ ਚੀ ਪਈ ਪੇ ਲਾ ਕਾ ਲੈ ਜੀ, ਸਹੀ ਗੱਲ ਜੀ। ਟੂਟ ਪੇਸ ਜੋਲੀ ਉਹ ਜਿਹੜੀ ਦੰਦੋਂ ਨੇ ਦਰਦਾਂ ਜੀ ਨਹੀਂ, ਉਹ ਕੋਈ ਜਿਹੜੀ ਦੰਦਾਂ ਕੀ ਦਰਦ ਹੋਣੀ ਉਹ ਉਹ ਕਿੰਨਾ ਕਰੋ, ਇਹ ਚੰਗੀ ਹੋਣੀ, ਪੈਕਿੰਗ ਹੋਈ ਜੀ,
ਚਲੋ ਜੀ ਸਮਾਨ ਵਗੈਰਾ ਸੱਚਾਈ ਕਹਿੰਦਾ ਹੁਣ ਜੀ ਹੁਣ ਜਲਿਓ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਹੁਣ ਜੀ ਅਸਾਂ ਉੱਪਰ ਰਸ਼ਟਨ ਰੋਡ ਦੇ ਹਾਂ ਖਾਰਸ ਸੁਪਰ ਸਟੋਰ ਨੇ ਨੈਕਸਟ ਡੋਰ ਇਹਨਾਂ ਨਾਲ ਟੇਕ ਵੇ ਆ ਰੋਟੀ ਰੰਚ ਰੋਟੀ ਰੰਚ ਵਾਲਿਆਂ ਨਾਲ ਤੇ ਸਾਡੇ ਬੜੇ ਪਿਆਰੇ ਭਾਈ ਮਿਲੇ ਸੀ ਜਿਹੜਾ ਨਾ ਇਹ ਕਿਆ ਨਾਂ ਦੱਸਿਆ ਸੀ ਨੇ ਇੱਕ ਮਿੰਟ ਜ਼ਰਾ ਬੰਦ ਕਰੋ ਹੁਣ ਬਿਲਕੁਲ ਜੀ ਸਾਡੇ ਬੜੇ ਪਿਆਰੇ ਭਾਈ ਮਿਲੇ ਅੰਦਰੋਂ ਕੰਮ ਕਰਨੇ ਰੋਟੀਆਂ ਲਾਣੇ ਨਾਨ ਲਾਣੇ ਉਹਨਾਂ ਦਾ ਨਾਂ ਜੀ ਸੁਲੇਮਾਨ ਸੁਲੇਮਾਨ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸੁਲੇਮਾਨ ਭਾਈ ਹੋਰਾਂ ਸੰਗਿਆ ਆਖਣੇ ਜੇ ਤੁਸਾਂ ਨੀ ਵੀਡੀਓ ਤੱਕ ਸਾਰੇ ਬੰਦੇ ਅਛਨੇ ਤਾਂ ਬਿਲਕੁਲ ਸਾਡਾ ਨਾਮ ਵੀ ਦੱਸਣੇ ਰੋਟੀਆਂ ਖੰਨੇ ਨਾਨ ਖੰਨੇ ਆਂਡੀਆਂ ਵੀ ਮਾਸ਼ਾਅੱਲਾ ਨਗਰ ਬੜੀਆਂ ਬੜੀਆਂ ਪਿਆਰੀਆਂ ਆ ਰੰਗ ਪਰੰਗੀ ਆਂਡੀਆਂ ਆ ਤਿੱਕੇ ਛਿੱਕੇ ਕਬਾਬ ਹਰ ਚੀਜ਼ ਤੁਸਾਂ ਕਿੱਥੋਂ ਮਿਲ ਸੀ ਇਹ ਰੋਟੀ ਰੰਚ ਵਾਲਿਆਂ ਕੋਲ BD3 ਵਿੱਚ ਇਨਸ਼ਾਅੱਲਾ ਤੇ ਸੁਲੇਮਾਨ ਭਾਈ ਪੂਰੀ ਫੈਮਿਲੀ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬਿਸਮਿਲ੍ਲਾ ਰਹਿਮਾਨ ਰਹੀਮ ਸਭ ਤੋਂ ਪਹਿਲੇ ਜੀ ਅਸਾਂ ਚਿਕਨ ਦੀ ਵਾਸ਼ ਕਰ ਸੋ ਹੁਣ ਜੀ ਅਸਾਂ ਭਿੰਡੀਆਂ ਦੀ ਵਾਸ਼ ਕਰ ਸੋ ਮਾਸ਼ਾਅੱਲਾ ਬੜੀਆਂ ਫਰੈਸ਼ ਭਿੰਡੀਆਂ ਨੇ 1 ਕਿਲੋ ਜੀ ਹੁਣ ਬਸ ਜੀ ਨਾਲ ਭਾਂਡੀ ਵਿੱਚ ਕੁਕਿੰਗ ਆਇਲ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਤੇਲ ਸਹੀ ਗਰਮ ਹੋ ਗਿਆ ਜੀ ਤੇ ਨਾਲ ਅਸਾਂ ਸ਼ਾਮਿਲ ਕਰ ਸਾਂ ਜੀ ਅਦਰਕ ਤੇ ਲਸਣ ਪਿਆਜ਼ ਨਾਲ ਸ਼ਾਮਿਲ ਕਰ ਸਕਦੇ 3 ਬੂਟੇ ਪਿਆਜ਼ ਜੀ ਸਾਡੀਆਂ ਭਿੰਡੀਆਂ ਹੀ ਆ ਜੀ 1 ਕਿਲੋ ਤੇ 1/2 ਕਿਲੋ ਉਹ ਚਿਕਨ ਨਾਲ ਤੇ ਨਾਲ ਅਸਾਂ ਸ਼ਾਮਿਲ ਕਰ ਸਕਦੇ 1 ਟੇਬਲ ਸਪੂਨ ਅਸਾਂ ਸਾਲਟ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਹੁਣ ਜੀ ਅਸਾਂ ਤੱਕਣੇ ਜੀ ਪਿਆਜ਼ ਕਿਤਨਾ ਕੁ ਆ ਰੈਡ ਬਿਲਕੁਲ ਜੀ ਜਿਹੜਾ ਪਿਆਜ਼ ਤੁਸੀਂ ਬਰਾਊਨ ਕਰ ਸੋ ਇਹ ਮੀਡੀਅਮ ਬਰਾਊਨ ਹੋਣਾ ਚਾਹੀਦਾ ਬਹੁਤ ਜ਼ਿਆਦਾ ਬਰਾਊਨ ਨਹੀਂ ਹੋਣਾ ਚਾਹੀਦਾ ਕਿਉਂ ਭਿੰਡੀਆਂ ਵਿੱਚ ਜਿਹੜਾ ਨਾ ਪਿਆਜ਼ ਥੋੜ੍ਹਾ ਥੋੜ੍ਹਾ ਕੱਚਾ ਹੋਣਾ ਚਾਹੀਦਾ ਇਹ ਤੱਕੋ ਜਿਸ ਤਰ੍ਹਾਂ ਇਹ ਆ ਇਹ ਤੱਕੋ ਬਿਲਕੁਲ ਮੀਡੀਅਮ ਬਰਾਊਨ ਆ ਬਹੁਤ ਜ਼ਿਆਦਾ ਅਸੀਂ ਬਰਾਊਨ ਨਹੀਂ ਕਰੀ ਨਾ ਨਾਲ ਤੁਸੀਂ ਸ਼ਾਮਿਲ ਕਰ ਸਾਂ ਜੀ ਚਿਕਨ ਆਫ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਤੱਕਣੇ ਜੀ ਚਿਕਨ ਨਾ ਪਾਣੀ ਡਰਾਈ ਹੋਇਆ ਜੀ ਆਪਣੇ ਵਾਹ ਪਾਣੀ ਜਿਹੜੀ ਚਿਕਨ ਨੂੰ ਡਰਾਈ ਅੱਛੀ ਤਰ੍ਹਾਂ ਨਾਲ ਤਾਂ ਸ਼ਾਮਿਲ ਕਰ ਸਕਾਂ ਜੀ ਹੁਣ ਬਸਾਰ ਇਹ ਭੈਣ ਭਰਾਓ ਤੱਕ ਪਿਆਜ਼ ਸਾਡਾ ਇਸ ਤਰ੍ਹਾਂ ਹੋਣਾ ਚਾਹੀਦਾ ਬਿਲਕੁਲ ਬਰਾਊਨ ਨਹੀਂ ਹੋਣਾ ਚਾਹੀਦਾ ਨਾਲ ਤਾਂ ਸ਼ਾਮਿਲ ਕਰ ਸਕਾਂ ਜੀ ਹੁਣ 2 ਟੇਬਲ ਸਪੂਨ ਬਸਾਰ ਥੋੜ੍ਹਾ ਜਿਹਾ ਪਾਣੀ ਨਾਲ ਲਾ ਸਕਦੇ ਜੀ ਜੀ ਬਿਲਕੁਲ ਜੀ ਮਾਸ਼ਾਅੱਲਾ ਸਾਡਾ 1/2 ਕਿਲੋ ਜਿਹੜਾ ਚਿਕਨ ਅਸਾਂ ਉਹ ਕੁੱਕ ਹੋਈ ਗਿਆ ਅੱਛੀ ਤਰ੍ਹਾਂ ਮਾਸ਼ਾਅੱਲਾ ਤੱਕੋ ਨਾਲ ਅਸਾਂ ਹੁਣ ਸ਼ਾਮਿਲ ਕਰ ਸਕਦੇ ਜੀ ਭਿੰਡੀਆਂ 1 ਕਿਲੋ ਭਿੰਡੀਆਂ ਕੀ ਅਸਾਂ ਕਰ ਸਕਦੇ ਜੀ ਚੰਗਾ ਮਿਕਸ ਚਿਕਨ ਨਾਲ ਬਿਲਕੁਲ ਜੀ ਤੱਕੋ ਚਿਕਨ ਤੇ ਭਿੰਡੀਆਂ ਅਸੀਂ ਮਿਕਸ ਕਰੀ ਸਕਿਆ ਅੱਛੀ ਤਰ੍ਹਾਂ ਮਾਸ਼ਾਅੱਲਾ ਤਾਂ ਹੁਣ ਇਹ ਆਰਾਮੇ ਨਾਲ ਬਿਲਕੁਲ ਸਲੋ ਅੱਗੀ ਪਰ ਜਾਣ ਇਹ ਪੱਕਣੇ ਦੇ ਸਨ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਮਾਸ਼ਾਅੱਲਾ ਜੀ ਸਾਡਾ ਚਿਕਨ ਤੇ ਭਿੰਡੀਆਂ ਤੱਕੋ ਰੈਡੀ ਜੀ ਮਾਸ਼ਾਅੱਲਾ ਇਹ ਨਾਲ ਅਸਾਂ ਬਸ ਹਾਂ ਜੀ ਹੁਣ ਗ੍ਰੀਨ ਚਿੱਲੀ ਬਸ ਬੁਲਟ ਪਰੂਫ ਠੀਕ ਹੈ ਜੀ ਔਰ ਨਾਲ ਅਸਾਂ 2 ਬੜੇ ਟਮਾਟਰ ਬਸ
ਟਮਾਟਰ ਤੇ ਜਿਹੜੀ ਗ੍ਰੀਨ ਚਿੱਲੀ ਅਸਾਂ ਪਾਈ, ਇਹਨਾਂ ਦੀ ਸਿਰਫ ਤੋਂ ਸਿਰਫ ਅਸਾਂ 10 ਮਿੰਟ ਕੁੱਕ ਕਰਨਾ, ਜ਼ਿਆਦਾ ਨਹੀਂ ਕਰਨਾ, 10 ਮਿੰਟ ਬਸ ਜੀ। ਬਿਲਕੁਲ ਜੀ, ਮੈਂ ਖਾਣਾ ਸਾ ਪਿਆ ਚਾਵਲ ਛੋਲਿਆਂ ਲਿਆ ਤੱਕੋ ਸੁਭਾ ਬਣਾਏ ਸੇ ਮੈਂ ਮਾਸ਼ਾਅੱਲਾ ਤੱਕੋ ਬੜੇ ਸੋਹਣੇ ਬਣਤੇ ਮੈਂ ਜੀ। ਉਹ ਲਗਾ ਸਾ ਉਠਿਆ ਨਾ ਨੂੰ ਤਾਂ ਮੈਂ ਕਿਸ ਦੱਸਿਆ ਕੋ ਨਹੀਂ, ਕੈਮਰੇ ਚ ਆਈ ਗਿਆ ਚਾਵਲ ਹੈਰੀ ਕੇ ਹੀ ਆ। ਹਾਂ ਤਾਂ ਬੰਦੇ ਨਾ ਸਮਝਣ ਜੀ, ਹੋਰ ਕੁਝ ਆ ਕੋ ਨਹੀਂ ਹੈਰੀ ਆ, ਨਹੀਂ ਦੱਸਿਆ ਜ਼ਰੂਰੀ ਆ ਨੂੰ। ਮਾਸ਼ਾਅੱਲਾ ਜੀ, ਚਿਕਨ ਤੇ ਭਿੰਡੀਆਂ ਬਿਲਕੁਲ ਰੈਡੀ ਹੋ ਗਈਆਂ, ਜਿਹੜੇ ਅਸਾਂ ਟਮਾਟਰ ਪਾਏ ਸੀ ਔਰ ਗ੍ਰੀਨ ਚਿੱਲੀ ਪਾਈ ਸੀ, 10 ਮਿੰਟ ਹੋਈ ਗਏ ਉਹਨਾਂ ਕੀ, ਨਾਲ ਥੋੜ੍ਹਾ ਜਿਹਾ ਅਸਾਂ ਸ਼ਾਮਿਲ ਕਰ ਸਕ ਗਰਮ ਮਸਾਲਾ। ਬਿਲਕੁਲ ਜੀ, ਮਾਸ਼ਾਅੱਲਾ ਚਿਕਨ ਤੇ ਭਿੰਡੀਆਂ ਬਣੀ ਗਈਆਂ, ਹੁਣ ਅਸਾਂ ਕਰਨੇ ਜੀ ਡਿਸ਼ ਆਊਟ ਤੱਕੋ। ਮਾਸ਼ਾਅੱਲਾ ਲੁੱਕ ਪਹਿਲੇ ਮਾਸ਼ਾਅੱਲਾ ਬਿਸਮਿਲਲਾਹ ਬਿਲਕੁਲ ਜੀ, ਪਲੇਟ ਅਸਾਂ ਤੱਕੋ ਬਾਈ ਸਟਿਆ ਸਾਲਣ, ਮਾਸ਼ਾਅੱਲਾ ਚਿਕਨ ਦੇ ਭਿੰਡੀਆਂ ਦੇ ਨਾਲ ਅਸਾਂ ਸ਼ਾਮਿਲ ਕਰ ਸਾਂ ਜੀ ਅਦਰਕ ਕੱਟੀ ਹੋਈ। ਥੋੜ੍ਹਾ ਜਿਹਾ ਨਾਲ ਧਨੀਆ ਬਸਾਂ ਜੀ ਗਿਣੀ ਮਾਮੂਲੀ ਜਿਹਾ। ਪਲੇਟ ਬਣ ਗਈ ਜੀ ਖੁਸ਼ਬੂਦਾਰ ਮਾਸ਼ਾਅੱਲਾ। ਕਿਹੜੇ ਸਾਡੇ ਭਰਾ ਪੁੱਛਣੇ ਸੀ ਓਲਡਮ ਸਿੰਘ ਸਰਪ੍ਰਾ ਸ਼ਾਹਿਦ ਚੌਧਰੀ ਜੀ। ਬਿਸਮਿਲਲਾਹਿਰਰਹਿਮਾਨਿਰਰਹੀਮ, ਅਲਹਮਦੁਲਿਲਾ ਜੀ ਭੈਣੋ ਤੇ ਭਰਾਓ, ਖਾਣਾ ਤਿਆਰ ਹੋ ਗਿਆ ਤਾਂ ਮਾਸ਼ਾਅੱਲਾ ਤੁਸੀਂ ਘਰ ਵੀ ਬਣਾਓ, ਚਿਕਨ ਭਿੰਡੀਆਂ ਬਣਾ ਸਕਦੇ ਹੋ, ਤੁਸੀਂ ਗੋਸ਼ਤ ਭਿੰਡੀਆਂ ਤੁਸੀਂ ਬਣਾ ਸਕਦੇ ਹੋ, ਗੋਸ਼ਤ ਕਰੇਲਾ ਬਣਾ ਸਕਦੇ ਹੋ, ਗੋਸ਼ਤ ਟੀਂਡਾ ਬਣਾ ਸਕਦੇ ਹੋ, ਚਿਕਨ ਟੀਂਡਾ ਬਣਾ ਸਕਦੇ ਹੋ। ਮਸਾਂ ਰੈਸਪੀਆਂ ਬਹੁਤ ਸਾਰੀਆਂ ਹੋਈਆਂ, ਕਿਤਨੀਆਂ ਵੀਡੀਓ 'ਚ ਮੈਂ ਬਣਾ ਚੁੱਕਾ ਹਾਂ, ਤਾਂ ਹਾਲੇ ਮਾੜੀਆਂ ਰੈਸਪੀਆਂ ਅੱਧੀਆਂ ਵੀ ਨਹੀਂ ਹੋਈਆਂ, ਯਕੀਨ ਕਰੋ ਹਾਲੇ ਬੜੀਆਂ ਪਈਆਂ ਵੀ ਰੈਸਪੀਆਂ। ਅਤੇ ਸਾਡੇ ਬੜੇ ਪਿਆਰੇ ਭਾਈ ਹੈ ਜੀ ਓਲਡਮ ਸਿੰਘ ਸ਼ਾਹਿਦ ਚੌਧਰੀ, ਉਹਨਾਂ ਕਿਆ ਪੁੱਛਿਆ ਸਰ, ਬਿਲਕੁਲ ਜੀ ਉਹਨਾਂ ਪੁੱਛਿਆ ਸਰ ਜੀ ਤੁਸੀਂ ਸ਼ੈਫ ਹੋ, ਬਿਲਕੁਲ ਜੀ ਅਲਹਮਦੁਲਿਲਾ ਪਾਕਿਸਤਾਨ ਨੇ ਸਰ ਸ਼ੈਫ ਹੋ ਅਲਹਮਦੁਲਿਲਾ, ਅਤੇ ਇੱਥੇ ਵੀ ਮਾਸ਼ਾਅੱਲਾ ਹੋਟਲਾਂ ਪਰ ਕੰਮ ਕਰਨੇ ਰਹੇ ਹਾਂ, ਅਤੇ ਆਪਣੀ ਮੌਤ ਪਿਓ ਨਹੀਂ ਦਵਾਈ ਹੈ ਨਾਲ, ਅਤੇ ਇਨਸ਼ਾਅੱਲਾ ਅੱਖੀ ਨੋਟੀ ਤੇ ਕੋਈ ਵੀ ਚੀਜ਼ ਬਣਾਈ ਸਕਣੀ ਅਸਾਂ, ਯਕੀਨ ਕਰੋ ਅਲਹਮਦੁਲਿਲਾ। ਤਾਂ ਸਾਰੇ ਬੜੀ ਪਿਆਰੀ ਸਿਸਟਰ ਨਾ ਸਭਾ ਅਹਿਮਦ ਆ ਜੀ, ਉਹਨਾਂ ਅਸਾਂ ਮਾਰੇ ਪੁੱਤਰ ਕਿ ਹੈਪੀ ਬਰਥਡੇ ਹੈ, ਲੇਕਿਨ ਸਿਸਟਰ ਪਤਾ ਨਹੀਂ ਕੀ ਮੈਂ ਕੋਈ ਕਮੈਂਟ ਮਿਲਣਾ ਪਿਆ ਜਿਸ ਉੱਪਰ ਤੁਸੀਂ ਆਪਣੇ ਪੁੱਤਰ ਨਾ ਲਿਖਿਆ ਸਾ, ਮੈਂ ਮਾਫੀ ਮੰਗਣੀ ਆ, ਲੇਕਿਨ ਮੈਂ ਹੈਪੀ ਬਰਥਡੇ ਆਹੀ ਸੁਣੀ ਆ ਸਾਰੀ ਪਿਆਰੀ ਸਿਸਟਰ ਸਭਾ ਅਹਿਮਦ ਨੇ ਬੇਟੇ ਕੀ ਬਹੁਤ ਬਹੁਤ ਹੈਪੀ ਬਰਥਡੇ ਸਾਡੀ ਤਰਫੋਂ ਜੀ। ਸਭਾ ਚੌਧਰੀ ਸਭਾ ਅਹਿਮਦ, ਸਭਾ ਅਹਿਮਦ ਨੇ ਬੇਟੇ ਨੀ ਬਰਥਡੇ ਸੀ, ਲੇਕਿਨ ਉਹਨਾਂ ਨੂੰ ਨਾਂ ਸਹੀ ਨਹੀਂ ਲੱਭਣਾ ਪਿਆ, ਪਤਾ ਨਹੀਂ ਕਿਆ ਵਜ੍ਹਾ ਜੀ ਕਮੈਂਟ। ਚਲੋ ਜੀ ਅਸਾਂ ਸਭ ਤੋਂ ਪਹਿਲੇ ਬਰਥਡੇ ਕਰਨੇ ਆ ਜੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਸਿਸਟਰ ਸਭਾ ਅਹਿਮਦ ਸੁਨ, ਹੈਪੀ ਬਰਥਡੇ ਟੂ ਯੂ, ਅੱਲਾ ਪਾਕ ਸਭ ਸਾਰੀ ਪਿਆਰੀ ਸਿਸਟਰ ਸਭਾ ਅਹਿਮਦ ਦੇ ਬੇਟੇ ਕੀ ਲੰਮੀ ਜ਼ਿੰਦਗੀ ਦੇ, ਸਿਹਤ ਦੇ, ਕਮਯਾਬੀਆਂ ਦੇ, ਆਮੀਨ। ਬਿਲਕੁਲ ਜੀ, ਅੱਲਾ ਪਾਕ ਸਭਾ ਸਾਡੀ ਭੈਣ ਹੀ ਉਹਨਾਂ ਨੇ ਬੇਟੇ ਨੇ ਬਰਥਡੇ ਅਸਾਂ ਕੀਤੀ, ਲੇਕਿਨ ਪਤਾ ਨਹੀਂ ਕਿਆ ਵਜ੍ਹਾ ਉਹਨਾਂ ਦਾ ਨਾਂ ਨਹੀਂ ਸਹੀ ਮਿਲੀ ਰਿਹਾ, ਅੱਲਾ ਪਾਕ ਉਹਨਾਂ ਦੀ ਖੁਸ਼ੀ ਦਾ ਜੀ, ਅੱਲਾ ਪਾਕ ਜਿਤਨੇ ਉਹਨਾਂ ਨੇ ਦੁੱਖ ਮੁਸੀਬਤਾਂ ਪਰੇਸ਼ਾਨੀਆਂ ਬਿਮਾਰੀਆਂ ਦੂਰ ਕਰੇ ਜੀ, ਅੱਲਾ ਪਾਕ ਉਹਨਾਂ ਦੀ ਖੁਸ਼ੀ ਦਾ ਹਰ ਕਿਸਮ ਦੀ। ਔਰ ਬਾਕੀ ਜਿਤਨੇ ਸਾਰੇ ਪਿਆਰੀਆਂ ਭੈਣਾਂ ਭਰਾ ਹੈ, ਸਾਰੇ ਪਿਆਰੀਆਂ ਭੈਣ ਆਸੀਆ ਬਸ਼ੀਰ, ਉਹਨਾਂ ਨੇ ਬੇਟੀ ਸਾਰੇ ਬੇਟੇ ਜ਼ਾਹਿਦ ਹੁਸੈਨ, ਸਾਰੇ ਪਿਆਰੇ ਭਰਾ ਮੁਹੰਮਦ ਕੁਰੇਸ਼ੀ, ਲਤੀਸ਼ਾ ਖੇ,
ਬੈਕੀ ਓਲੀਵੀਆ ਅਨੀਸਾ ਕੋਸਰ ਸਾਰੇ ਭਾਈ ਨਸੀਮ ਕਾਸਿਮ ਨਾਕਵੀ ਸਾਰੇ ਪਿਆਰੇ ਬੇਟੇ ਸੁਭਾਨ ਖਾਨ ਔਰ ਉਹਨਾਂ ਪੂਰੀ ਫੈਮਿਲੀ ਸਾਰੇ ਪਿਆਰੀਆਂ ਭੈਣ ਫਰਜ਼ਾਨਾ ਖਾਨ ਔਰ ਉਹਨਾਂ ਨੇ ਜਿਹੜੀ ਦੂਸਰੀ ਭੈਣ ਸੀ ਉਹਨਾਂ ਨਾਮ ਭੁੱਲੀ ਗਈਆਂ ਜਿਹੜੇ ਬਾਜ਼ਾਰ ਵਿੱਚ ਮਿਲੇ ਸਨ ਮਾੜੀਆਂ ਭੈਣਾਂ ਦੋ ਕਿ ਬਹੁਤ ਮਾੜੀ ਤਰਫੋਂ ਸਲਾਮ ਅਲੈਕੁਮ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨੀ ਆ ਜੀ ਜੀ ਬਿਲਕੁਲ ਕਹਿ ਨਾ ਸਨੇ ਸਾਰੇ ਪਿਆਰੇ ਭੈਣ ਫਰਜ਼ਾਨਾ ਖਾਨ ਤੇ ਸ਼ਬਾਨਾ ਸਾਰੇ ਪਿਆਰੇ ਭੈਣ ਫਰਜ਼ਾਨਾ ਔਰ ਸ਼ਬਾਨਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਡਾਇਸਨ ਜੀ ਤੁਸਾਂ ਹੈ ਸਭ ਪਾਲਸਤੀਨ ਸਿਰਫ ਦੁਆ ਕਰੋ ਸਭ ਪਾਲਸਤੀਨ ਕੇ ਹਮੇਸ਼ਾ ਦੁਆ ਦੇਣੇ ਆ ਹਮੇਸ਼ਾ ਸਾਰੇ ਦਿਲਾਂ ਦੁਆਵਾਂ ਚ ਆ ਸਭ ਤੋਂ ਪਹਿਲੇ ਜੇ ਤਾਂ ਮਾਰੀਆਂ ਵੀਡੀਓ ਤੱਕੋ ਜੀ ਫਲਸਤੀਨ ਦੇ ਬਾਰੇ ਕਿਤਨੀਆਂ ਸਭ ਦੁਆਵਾਂ ਕੀਤੀਆਂ ਫਲਸਤੀਨ ਸਾਡੇ ਦਿਲਾਂ ਚ ਆ ਕਸ਼ਮੀਰ ਸਾਡੇ ਦਿਲਾਂ ਚ ਆ ਪਾਕਿਸਤਾਨ ਸਾਡੇ ਦਿਲਾਂ ਚ ਸਾਰੇ ਭੈਣਾਂ ਭਰਾ ਸਾਡੇ ਦਿਲਾਂ ਵਿੱਚ ਕਿਤਨੀਆਂ ਦੁਆ ਕਰ ਮਿਸੀ ਦੀ ਤੁਸਾਂ ਦੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜ਼ੀਦਾਨ ਖਾਨ ਪਾਈ ਹਸਨ ਅਲੀ ਪਾਈ ਉਮਰ ਅਲੀ ਬੀ ਜੀ ਤੁਸਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਜਿਤਨੇ ਵੀ ਭਰਾ ਸਾਡੇ ਚੈਨਲ ਤੇ ਔਰ ਸਾਰੇ ਪਿਆਰੇ ਭਰਾ ਐਸਕੇਐਚ ਔਰ ਉਹਨਾਂ ਪੂਰੀ ਫੈਮਿਲੀ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਐਸਕੇਐਚ ਜੀ ਤਾਲਾ ਗੰਗ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਰੇ ਪਿਆਰੇ ਪਿੰਨ ਆਲੀਆ ਬਾਨੋ ਆਇਸ਼ਾ ਖਾਲਿਦ ਪਰਵੀਨ ਤਾਰ ਗੁਲਫੀਸ਼ਾ ਮਾਦੀਆ ਜੇ ਕੇ ਐਲ ਵਾਈ ਤੁਸਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਸਾਰੇ ਪਿਆਰੇ ਬੇਟੇ ਜ਼ਖ ਤੁਸਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਰੇ ਪਿਆਰੇ ਬੇਟੇ ਅਜ਼ਰ ਅਲੀ ਭਾਈ ਨਦੀਮ ਖਾਨ ਤੁਸਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਰਿਆਂ ਬੱਚਿਆਂ ਨਾਲ ਸਾਰਿਆਂ ਮਾੜੇ ਭਰਾ ਨੂੰ ਬਹੁਤ ਬਹੁਤ ਮਿਹਰਬਾਨੀ ਸਾਰੇ ਪਿਆਰੇ ਸਿਸਟਰ ਮਰੀਮ ਰਾਜਾ ਸਫ ਐਕਸ ਸਮੀਤਾ ਦਾਲ ਸ਼ਾਹੀਨ ਅਲੀ ਫਰਜ਼ਾਨਾ ਮਸ਼ਾਦੀ ਸਾਰੇ ਪਿਆਰੇ ਭਰਾ ਖਾਨ ਰਾਜਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਰੇ ਪਿਆਰੇ ਭਰਾ ਹੈਦਰ ਫਰੋਮ ਹਾਂਗਕਾਂਗ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਹੈਦਰ ਭਾਈ ਹਾਂਗਕਾਂਗ ਕੀ ਜੋ ਤਾਂ ਭਾਈ ਜਾਵੇਦ ਵੀ ਹਾਂਗਕਾਂਗ ਕੀ ਸਨ ਰਫਤ ਸ਼ੀਨ ਕੇ ਬੇਗਮ ਔਰ ਸਾਰੇ ਪਿਆਰੇ ਬੇਟੇ ਵਿਨਸਟਨ ਚਰਚ ਹਿਲ ਬਹੁਤ ਬਹੁਤ ਮਿਹਰਬਾਨੀ ਸਾਰੇ ਪਿਆਰੇ ਪਿੰਡ ਫਰਜ਼ਾਨਾ ਬੀਬੀ ਔਰ ਜੀ ਔਰ ਆਜ਼ੋਰੇ ਪਾਰਿਸ ਉਹਨਾਂ ਆ ਕਿ ਮਾਰੀ ਪਿਆਰੀ ਬੇਟੀ ਲਿਆਨਾ ਨੂਰ ਕੀ ਬਿਗ ਸ਼ਾਊਟ ਆਊਟ ਕਰੋ ਉਹਨਾਂ ਨੇ ਬਰਥਡੇ ਹੈ ਅੱਛਾ ਜੀ ਉਹਨਾਂ ਨੇ ਬਰਥਡੇ ਹੈ ਸਾਰੇ ਸਰ ਥੱਲੇ ਸਾ ਕਮੈਂਟ ਹੈ ਓ ਅੱਛਾ ਜੀ ਅੱਛਾ ਹੁਣ ਪਹਿਲੇ ਬਰਥਡੇ ਕਰੀ ਕਿ ਨਾ ਅੱਛਾ ਉਹਨਾਂ ਸਭ ਨੇ ਬਰਥਡੇ ਕਰਨੇ ਕਿ ਨਾ ਸਨ ਲਿਆਨਾ ਨੂਰ ਹੁਸੈਨ ਲਿਆਨਾ ਨੂਰ ਹੁਸੈਨ ਨੇ ਵੀ ਬਰਥਡੇ ਆਏ ਜੀ ਸ਼ੁਕਰਵਾ ਭੁੱਲੀ ਨਹੀਂ ਗਈ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਲਿਆਨਾ ਨੂਰ ਹੁਸੈਨ ਲਿਆਨਾ ਨੂਰ ਹੁਸੈਨ ਜੀ ਹੈਪੀ ਬਰਥਡੇ ਟੂ ਯੂ ਅੱਲਾ ਪਾਕ ਬੱਚੀ ਕੀ ਲੰਮੀ ਜ਼ਿੰਦਗੀ ਦੇ ਅੱਲਾ ਕਿਸਮਤ ਚੰਗੀ ਕਰੇ ਨੇ ਬਿਲਕੁਲ ਜੀ ਅੱਲਾ ਪਾਕ ਹਰ ਕਿਸਮ ਦੀ ਖੁਸ਼ੀ ਦੇ ਅੱਲਾ ਪਾਕ ਜ਼ਿੰਦਗੀ ਸਿਹਤ ਦੇ ਜੀ ਔਰ ਸਰ ਪਿਆਰੀ ਪੈਨ ਨਾਦੀਆ ਸੁਲਤਾਨਾ ਸਾਰੇ ਪੈਨਾ ਪ੍ਰਾਣੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਰ ਦਿਲੋਂ ਅਦਾ ਕਰਨੇ ਆ ਸਾਰੇ ਖਤਮ ਹੀ ਥੰਨੇ ਤੇ ਸੀ ਨਹੀਂ ਉਹ ਦੂਸਰੇ ਪ੍ਰਾਣੀ ਚਲੋ ਜੀ ਚਲੋ ਹੁਣ ਸਰ ਆਪਣੀ ਆਂਡੀ ਟਰਾਈ ਕਰੋ ਤੋ ਤੱਤੀ ਜੀ ਟਾਪ ਕਰ ਲਓ ਜੀ ਸਾਰੇ ਗਰਮੀਆਂ ਨਾ ਅੱਜ ਫਿਰ ਕੁਕਿੰਗ ਕਰਨੇ ਪਰ ਅੱਜ ਫਿਰ ਥੱਕੀ ਗਏ ਹੋ ਹਾਂ ਅੱਜ ਫਿਰ ਗਲਾ ਕੁਕਿੰਗ ਪੇ ਗਈ ਸੀ ਚਲੋ ਜੀ ਤੰਦੂਰਾਂ ਦੀਆਂ ਰੋਟੀਆਂ ਸਾਂਦੀਆਂ ਸੀ ਜੀ ਤੇ ਰੋਟੀ ਰਾਂਚੀ ਚੋਂ BD3 ਉੱਪਰ ਰਸਟੋ ਰੋਡ ਮਾਸ਼ਾਅੱਲਾ ਨਾਈਸ ਰੋਟੀਆਂ ਨਾਨੀਆਂ ਨੀਆਂ ਰੋਟੀਆਂ ਬੜੀਆਂ ਸੋਹਣੀਆਂ ਹੋਣੀਆਂ ਜੀ ਮਾਸ਼ਾਅੱਲਾ ਤੇ ਉਸ ਤਰ੍ਹਾਂ ਜੀ ਅਸਾਂ ਵਾਈਫ ਨੇ ਬਰਥਡੇ ਕੀਤੀ ਸੀ ਇਹ ਲਾਲਾ ਰੈਸਟੋਰੈਂਟ ਚ ਮਾਸ਼ਾਅੱਲਾ ਅੱਛਾ ਖਾਣਾ ਦੇਣੇ ਮਾਸ਼ਾਅੱਲਾ ਸਟਾਫ ਹੀ ਉਹਨਾਂ ਬੜਾ ਅੱਛਾ ਬਹੁਤ ਅੱਛਾ ਤਾਂ ਸਾਡੇ ਬੜੇ ਭੈਣ ਕੋਈ ਸੀ ਆ ਭਰਾ ਸਾਡੇ ਕੋਲ ਭਰਾ ਫੇਕ ਨੇ ਭਰਾ ਇਸੇ ਆਨ ਸੇ ਸ਼ੁਕਰ ਸਗ ਇੰਗਲਿਸ਼ ਕਲਾਸਾਂ ਨਹੀਂ ਤਾਂ ਚਾਹੀਦੀ
ਕੋਈ ਸਾਡੇ ਭਰਾ ਆਏ ਸੀ ਜੀ ਫੇਕ ਅਕਾਊਂਟ ਪਰ ਉਹਨਾਂ ਆਖਿਆ ਸਾ ਜੀ ਸ਼ੁਕਰਵਾਰ ਤੁਹਾਡੀ ਫੈਮ ਇੰਗਲਿਸ਼ ਕਲਾਸਾਂ ਨਹੀਂ ਲੱਭੀ ਮਾਣਾ ਭਰਾ ਵੀ ਇੰਗਲਿਸ਼ ਕਲਾਸਾਂ ਦੀ ਜ਼ਰੂਰਤ ਹੀ ਕੋ ਨਹੀਂ ਮੈਂ ਖੁਦ ਇੰਗਲਿਸ਼ ਜਾਣਨੀ ਹੈ ਸਾਰੀ ਬਿਲਕੁਲ I was born and brought up in UK, so yeah, I just don't speak English that much. I always just speak my own language. Yes, yes. Whenever I need to speak English, then I speak. But yes, otherwise, I speak my own language. Yeah. So I don't need English classes, brother. She is speaking English. ਠੀਕ ਹੈ ਲੇਕਿਨ ਆਪਣੀ ਜ਼ਬਾਨ ਸਾਰੀ ਮੈਂ ਹਮੇਸ਼ਾ ਆਪਣੀ ਜ਼ਬਾਨ ਜਿੱਥਾ ਮੈਂ ਜਾਣੀ ਆਪਣੀ ਜ਼ਬਾਨ ਹੈ ਬਿਲਕੁਲ ਤੋ ਕੋ ਮੈਂ ਜਿਤਨਾ ਮੈਂ ਪੜਿਆ ਮਨੇ ਤਨਾ ਹੈ ਹੀ ਕੋਈ ਲੇਕਿਨ ਮੈਂ ਆਪਣੀ ਜ਼ਬਾਨ ਬੋਲਣਾ ਆ ਪਠਵਾਰੀ ਔਰ ਮਿਰਪਰੀ ਜ਼ਬਾਨ ਹੀ ਮਾੜੀ ਤੇ ਮੈਂ ਅਗਰ ਇੰਗਲਿਸ਼ ਬੋਲਾਂ ਨਾ ਤੇ ਮੈਂ ਤੁਸੀਂ ਯਕੀਨ ਕਰੋ ਨਸੀ ਜਾਸੋ ਆਪਣੀ ਜ਼ਬਾਨ ਪਹਿਲੀ ਹੋਣੀ ਤੇ ਬਾਅਦ ਜਿਹੜੀ ਹੈ ਇੰਗਲਿਸ਼ ਹੈ ਨਹੀਂ ਜ਼ਰੂਰਤ ਵਾਸਤੇ ਸ਼ਾਬਾਸ਼ ਮਾਸ਼ਾਅੱਲਾ ਬਹੁਤ ਨਾਈਸ ਬਣਿਆ ਅਲਹਮਦੁਲਿਲਾ ਹੁਣ ਪਹਿਲਾਂ ਪ੍ਰਾਂਗ ਮਾਸ਼ਾਅੱਲਾ ਜੀ ਓਏ ਮੈਂ ਨਾ ਚਿਕਨ ਦਾ ਪਿੰਡੀਆਂ ਮਾਸ਼ਾਅੱਲਾ ਬਹੁਤ ਟੇਸਟੀ ਬਣੀਆਂ ਇਹ ਜੇ ਰੈਸਟੋਰੈਂਟ ਪਰ ਕਦੇ ਵੀ ਨਹੀਂ ਸੇ ਖਾਣਾ ਲੱਭਣਾ ਕਦੇ ਵੀ ਨਹੀਂ ਲੱਭਣਾ ਇਹ ਖਾਣਾ ਜਿਹੜਾ ਅੱਜ ਬਣਤਾ ਨਾ ਇਸ ਨੂੰ ਯਕੀਨ ਕਰੋ ਕਦੇ ਨਹੀਂ ਰੈਸਟੋਰੈਂਟ ਹੈ ਮਾਸ਼ਾਅੱਲਾ ਬਹੁਤ ਟੇਸਟੀ ਬਣਿਆ ਅਲਹਮਦੁਲਿਲਾ ਜੀ ਅੱਜ ਦੀ ਵੀਡੀਓ ਇਤਨੀ ਮਾਰੇ ਪਿਆਰੇ ਭੈਣਾਂ ਭਰਾ ਬਜ਼ੁਰਗ ਬੱਚਿਆਂ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜਿਹੜੀ ਇਤਨੀ ਸਾਰੀ ਸਪੋਰਟ ਕਰਨੇ ਹੋ ਸਾਡੇ ਦੇਸੀ ਚੈਨਲ ਬਰਫ ਕੇ ਸਬਸਕ੍ਰਾਈਬ ਕਰਨੇ ਹੋ ਲਾਈਕ ਕਰਨੇ ਸ਼ੇਅਰ ਕਰਨੇ ਹੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅਸਾਂ ਹਮੇਸ਼ਾ ਸੋਕੀ ਦੁਆ ਦੇਣੇ ਰਹਿਣੇ ਹੋ ਪੂਰੀ ਜ਼ਿੰਦਗੀ ਸੋਕੀ ਦੁਆ ਦੇਣੇ ਰਸਾਂ ਇਨਸ਼ਾਅੱਲਾ ਬਿਲਕੁਲ ਜੀ ਜਿਤਨੇ ਸਾਡੇ ਭੈਣਾਂ ਭਰਾ ਥੇ ਕਸ਼ਮੀਰ ਸੁਕਿੰਨੀ ਪਾਕਿਸਤਾਨ ਸੁਕਿੰਨੀ ਬਠਾਣ ਸਾਡੇ ਭੈਣਾਂ ਭਰਾ ਯੂਕੇ ਜਾਂ ਹੋਰ ਜਿਤਨੀਆਂ ਵੀ ਕੰਟਰੀਆਂ ਜਾਂ ਬੰਗਲਾਦੇਸ਼ ਜਿਸ ਜਿਸ ਕੰਟਰੀ ਚ ਸਾਡੇ ਭੈਣਾਂ ਭਰਾ ਸਾਡੀ ਸਪੋਰਟ ਕਰਨੇ ਜਿਹੜੇ ਨਹੀਂ ਵੀ ਕਰਨੇ ਅਸਾਂ ਯਕੀਨ ਕਰੋ ਅੱਲਾ ਪਾਕ ਕੀ ਹਾਜ਼ਰ ਨਜ਼ਰ ਰੱਖੀ ਸਾਰਿਆਂ ਦੇ ਦੁਆ ਕਰਨੇ ਆ ਠੀਕ ਹੈ ਜੀ ਫਲਸਤੀਨ ਗਾਜ਼ਾ ਸਾਰਿਆਂ ਵਾਸਤੇ ਦੁਆ ਕਰਨੇ ਆ ਅੱਲਾ ਪਾਕ ਸੰਗੀ ਖੁਸ਼ ਰੱਖੇ ਅੱਲਾ ਪਾਕ ਸੰਗੀ ਹਰ ਕਿਸਮ ਦੀ ਖੁਸ਼ੀ ਦੇ ਅੱਲਾ ਪਾਕ ਸੰਗੀ ਆਬਾਦ ਰੱਖੇ ਤੇ ਜਿਹਦਾ ਕੀਮਤੀ ਟਾਈਮ ਕੱਢੀ ਸਾਡੀ ਵੀਡੀਓ ਤੱਕਣੇ ਹੋ ਔਰ ਸਾਡੀ ਸਪੋਰਟ ਕਰਨੇ ਹੋ ਹੋਰ ਜ਼ਿਆਦਾ ਅਸਾਂ ਦੀ ਸਪੋਰਟ ਚਾਹੀਦੀ ਪਲੀਜ਼ ਤੁਹਾਨੂੰ ਮਿਹਰਬਾਨੀ ਹੈ ਹੋਰ ਜ਼ਿਆਦਾ ਸਪੋਰਟ ਕਰੋ ਤੁਸੀਂ ਤੱਕੋ ਅਸਾਂ ਕਿਤਨੀ ਮਿਹਨਤ ਕਰਨੇ ਆ ਕਿਤਨਾ ਤੁਹਾਨੂੰ ਪਿਆਰ ਮੁਹੱਬਤ ਕਰਨੇ ਆ ਤੱਕੋ ਹਰ ਬੰਦੇ ਨੂੰ ਨਾ ਕਿੰਨੇ ਹਰ ਕੰਟਰੀ ਨੂੰ ਨਾ ਕਿੰਨੇ ਆ ਹੋਰ ਅਸਾਂ ਦੀ ਜ਼ਿਆਦਾ ਸਪੋਰਟ ਕਰੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਚਾਰ ਤਾਰੀਖ ਭਾਈ ਇਮਰਾਨ ਹੁਸੈਨ ਕੀ ਜ਼ਰੂਰ ਵੋਟ ਕਰੇ ਬਿਲਕੁਲ ਜੀ ਬਿਲਕੁਲ ਜੀ ਭਾਈ ਇਮਰਾਨ ਹੁਸੈਨ ਮਾਸ਼ਾਅੱਲਾ ਅੱਜ ਜਿਹੜਾ ਨਾ ਉਹ ਆਵਾਜ਼ ਉਠਾਣੇ ਪਏ ਸਾਰਿਆਂ ਵਾਸਤੇ ਫਲਸਤੀਨ ਗਾਜ਼ਾ ਕਸ਼ਮੀਰ ਸਾਰਿਆਂ ਵਾਸਤੇ ਔਰ ਬਰਫਰ ਪੂਰੇ ਵਾਸਤੇ ਫਲਸਤੀਨ ਮੈਂ ਆਣਾ ਜੀ ਭਾਈ ਇਮਰਾਨ ਖਾਨ ਜਿਤਨੇ ਇਮਰਾਨ ਹੁਸੈਨ ਤੱਕੋ ਜਿਹੜੇ ਭਾਈ ਇਮਰਾਨ ਹੁਸੈਨ ਤੱਕੋ ਕਿਆ ਕਰਨੇ ਪਏ ਜਿਹੜੀਆਂ ਗੱਡੀਆਂ ਦੀਆਂ ਇਨਸ਼ੋਰੈਂਸਾਂ ਆਈ ਹੋਈਆਂ ਬਿਜਲੀ ਨਾ ਗੈਸਾਂ ਨੇ ਬਿੱਲ ਜ਼ਿਆਦਾ ਆਈ ਹੋਏ ਉਸਨੇ ਸੱਲਾ ਪਿਆ ਖਾਣਾ ਪੀਣਾ ਜਿਤਨਾ ਮਹਿੰਗ ਜਿਤਨੀ ਮਹਿੰਗ ਭਾਈ ਹੋਈ ਜ਼ਿਆਦਾ ਉਸਕੀ ਇਨਸ਼ਾਅੱਲਾ ਕੰਟਰੋਲ ਕਰ ਦੋ ਇਨਸ਼ਾਅੱਲਾ ਭਾਈ ਇਮਰਾਨ ਹੁਸੈਨ ਜ਼ਰੂਰ ਵੋਟ ਕਰੇ ਬਿਲਕੁਲ ਜ਼ਰੂਰ ਵੋਟ ਸਾ ਕਰਨੀ ਅੱਜ ਦੀ ਵੀਡੀਓ ਇਤਨੀ ਹੈ ਪਿਆਰਾ ਪਾਕਿਸਤਾਨ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਪਿਆਰੇ ਪੈਣਾ ਪ੍ਰਭੂ ਦੇ ਬੱਚੇ ਜ਼ਿੰਦਾਬਾਦ ਅੱਲਾ ਹਾਫਿਜ਼